ਪੇਪਰ ਪਾਉਣ ਤੋਂ ਪਹਿਲਾਂ ਪੜ੍ਹਨਾ ਪੈਣਾ, ਕੰਮ ਤਾਂ ਸ਼ੇਰਾ ਕਰਨਾ ਪੈਣਾ, ਜੇ ਜ਼ਿੰਦਗੀ ਵਿੱਚ ਬਣਨਾ ਕੁਝ ਫਿਰ ਲੇਖਾਂ ਨਾਲ ਤੇ ਲੜਨਾ ਪੈਣਾ। ਘਰੇ ਬੈਠ ਕੇ ਦੱਸ ਕੀ ਨੂੰ ਮਿਲੀ ਚਾਬੀ ਕਾਰਾਂ ਦੀ, ਤੂੰ ਜਿੱਤਣ ਤੋਂ ਪਹਿਲਾਂ ਪਾਲਾ ਆਦਤ ਹਾਰਾਂ ਦੀ, ਅਰੇ ਮਿਹਨਤ ਤੇ ਰੱਖ ਜ਼ੋਰ ਨਾਲ ਗੱਲ ਹਲੇ ਕਰ ਪਿਆਰਾਂ ਦੀ, ਆਹ ਪਹਿਲੇ ਨੰਬਰ ਤੇ ਛੱਡ ਦੇ ਸੰਗਤ ਮਾੜਿਆਂ ਯਾਰਾਂ ਦੀ, ਆਹ ਪਹਿਲੇ ਨੰਬਰ ਤੇ ਛੱਡ ਦੇ ਸੰਗਤ ਮਾੜਿਆਂ ਯਾਰਾਂ ਦੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਜੀ। ਅਤੇ ਅੱਜ ਆਪਾਂ ਆਏ ਹੋਏ ਹਾਂ ਖੇਤ ਹੀ, ਅੱਜ ਮਿੱਟੀ ਚੱਕ ਰਹੇ ਹਾਂਗੇ ਅਤੇ ਮਿੱਟੀ ਚੱਕ ਕੇ ਦੂਜੇ ਵਾਹਨ 'ਚ ਪਾ ਰਹੇ ਹਾਂਗੇ, ਅਤੇ ਉਹ ਜਿਹੜਾ ਜਿੱਥੋਂ ਚੱਕੀ ਸੀ ਮਿੱਟੀ ਉੱਥੇ ਕਰਾਹ ਲਾ ਕੇ ਉਹਨੂੰ ਪੱਧਰ ਕਰ ਰਹੇ ਹਾਂਗੇ, ਅਤੇ ਕੰਪਿਊਟਰ ਕਰਾਹ ਵਾਲਾ ਆਉਣ ਵਾਲਾ ਹੈਗਾ ਜੀ। ਅਤੇ ਇੰਨੇ ਤੁਸੀਂ ਟਰੈਕਟਰ ਦੀ ਆਵਾਜ਼ ਸੁਣ ਰਹੇ ਹੋਵੋਗੇ, ਟਰੈਕਟਰਾਂ ਨੇ ਖੱਦਾ ਠਾ ਰੱਖਿਆ ਹੈਗਾ, ਵਧੀਆ ਟਰੈਕਟਰ ਚੱਲ ਰਹੇ ਨੇ ਉਰੇ, 4-5 ਟਰੈਕਟਰ ਹੈਗੇ ਅਤੇ ਅਸੀਂ ਤੁਹਾਨੂੰ ਦਿਖਾਉਂਦੇ ਹਾਂ। ਅਤੇ ਆਹ ਖੜੀ ਆਪਣੀ ਮਿੱਟੀ ਚੱਕਣ ਵਾਲੀ ਮਸ਼ੀਨ, ਅਤੇ ਉਹ ਮੇਰੇ ਮਾਮੇ ਦੇ ਮੁੰਡੇ ਹੋਰੀ ਵਾਹੁਣ ਲੱਗ ਰਹੇ ਸੀਗੇ, ਅਤੇ ਉਹ ਕਰਾਹ ਵਾਲਾ ਟਰੈਕਟਰ ਖੜਿਆ ਹੈਗਾ, ਇੱਕ ਉਹ ਉੱਤੇ ਹੋਰ ਟਰੈਕਟਰ ਖੜਿਆ, ਇੱਕ ਇਹ ਬਾਹਾਂ 'ਚੋਂ ਚੱਕੀ ਹੈ ਮਿੱਟੀ ਤੁਸੀਂ ਆਹ ਦੇਖੋ ਜੀ। ਅਤੇ ਭਾਈ ਆਪਾਂ ਨੇ ਉੱਧਰ ਉਹ ਦੇਖੋ ਉਹ ਖੜੇ ਨੇ ਟਰੈਕਟਰ, 3-4 ਖੜੇ ਨੇ ਉੱਧਰ, ਤੁਸੀਂ ਦੇਖ ਰਹੇ ਹੋਵੋਗੇ ਉੱਥੇ ਮਿੱਟੀ ਡੇਗ ਰਹੇ ਨੇਗੇ ਉਹ ਵਾਹਨ 'ਚ, ਤਾਂ ਇੰਨੇ ਉੱਚੇ ਉੱਚੇ ਸੀਗੇ ਮੇਰੇ। ਉਹ ਉੱਧਰ ਮੇਰੇ ਮਾਮੇ ਹੋਰੀ ਬੈਠੇ ਨੇ, ਉਹ ਤੂੰ ਤਾਂ ਥੱਲੇ ਉੱਥੇ ਬੱਬੂ ਨਾਲ ਕਿਆ ਬੱਬੂ ਠੀਕ ਆ, ਅਤੇ ਚੱਲੀਏ ਫਿਰ ਲੈ ਕੇ ਖੇਤ, ਚੱਲ ਫਿਰ ਚੱਲੀਏ ਹੌਲੀ ਖੇਤ ਫੇਰ ਜਾਂਦੇ ਹਾਂਗੇ, ਫਿਰ ਟਰਾਲੀ ਲੈਣ ਆਏ ਸੀਗੇ। ਆਇਆ ਬਾਈ ਦੇਖੋ ਜੇ ਤੁਹਾਨੂੰ ਦਿਖ ਰਿਹਾ ਹੋਊਗਾ ਦੂਰ, ਉਹ ਬਰੋਲ ਆ ਰਿਹਾ ਮਿੱਟੀ ਦਾ ਹੋ ਸੀਗਾ ਇਹ 'ਚ, ਕਿ ਮਿੱਟੀ 'ਤੇ ਉੱਡਦੀ ਫਿਰਦੀ ਹੈਗੀ। ਆ ਗਿਆ ਵੀ ਕੰਪਿਊਟਰ ਕਰਾਹ ਵਾਲਾ, ਅਤੇ ਹੁਣ ਕੰਪਿਊਟਰ ਕਰਾਹ ਮਾਰਦੇ ਇੱਥੇ, ਲੈ ਜੱਗੀ ਆਇਆ ਨਾਲ। ਸਾਰੇ ਬੰਦੇ ਬੈਠੇ ਨੇ ਬਈ, ਦਮ ਲੈਣ ਲੱਗ ਰਹੇ ਨੇਗੇ, ਨਾਲ ਰੋਟੀ ਚੱਕਣ ਲੱਗ ਰਹੇ ਨੇਗੇ। ਆਹ ਕਸਤਾ ਜੀ ਆਪਾਂ ਨੇ, ਹਾਂ ਲੱਗਣ ਦੀਆਂ ਕੰਪਿਊਟਰ ਘਰ ਤਿਆਰੀਆਂ, ਹਜੇ ਊਂ ਨਹੀਂ ਲਾਉਂਦੇ ਹੈਗੇ, ਬਸ ਅਗਲੀ ਲੇਵਲ ਜਿਹਾ ਬਣਾਵਾਂਗੇ ਕਿ ਪਤਾ ਲੱਗ ਜੂ ਕਿੱਥੋਂ ਬਾਹਰ ਉੱਚਾ ਕਿੱਥੋਂ ਨੀਵਾਂ ਹੈਗਾ, ਫਿਰ ਉਸ ਹਿਸਾਬ ਨਾਲ ਫਿਰ ਇਹਤੋਂ ਮਿੱਟੀ ਚੱਕ ਲਾਂਗੇ। ਛੋੜ ਦੇ
ਉੱਤੇ ਕਰਾਂ ਤਾਂ ਲੱਗ ਰਹੇ ਨੇ ਮੁੰਡੇ ਲੇਵਲ ਕਰ ਲੱਗ ਰਹੇ ਨੇਗੇ ਇੱਥੇ ਪਾਉਣ ਲੱਗ ਰਿਹਾ ਜੀ ਮਿੱਟੀ ਆਹ ਇੱਥੇ ਦੇਖੋ ਢੇਰੀਆਂ ਹੀ ਢੇਰੀਆਂ ਨੇ ਆਹ ਲੱਗ ਰਿਹਾ ਟਰੈਕਟਰ ਆਪਣਾ ਟਰਾਲੀ ਲਿਫਟ ਚੱਕਣ ਇਹ ਸਾਰੇ ਸਾਨੂੰ ਮਿੱਟੀ ਪਈ ਹੋਈ ਆ ਜਿਹੜੀ ਤੁਸੀਂ ਦੇਖ ਰਹੇ ਹੋ ਗਰਦੇ ਨਾਲ ਭਰਤੇ ਉੱਥੇ ਟਰੈਕਟਰ ਨੇ ਚਲੋ ਜੀ ਆਪਾਂ ਕਰਦੇ ਹਾਂ ਬਲੌਗ ਦਾ ਐਂਡਿੰਗ ਅਤੇ ਅੱਜ ਦਾ ਦਿਨ ਬਸ ਅਸੀਂ ਮਿੱਟੀ ਇੱਧਰ ਉੱਧਰ ਢੋਂਦੇ ਦਾ ਹੀ ਲੰਘ ਗਿਆ ਜੀ ਅਤੇ ਸੂਰਜ ਵੀ ਛਿਪ ਗਿਆ ਇੱਥੇ ਤੱਕ ਬਲੌਗ ਦੇਖਣ ਵਾਸਤੇ ਸਾਰਿਆਂ ਦਾ ਧੰਨਵਾਦ ਜੀ ਅਤੇ ਮਿਲਦੇ ਆਪਾਂ ਅਗਲੇ ਬਲੌਗ ਦੇ ਵਿੱਚ ਹੀ ਅਤੇ ਜਾਂਦੇ ਜਾਂਦੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਅਤੇ ਕਿੱਦਾਂ ਦੀ ਲੱਗੀ ਵੀਡੀਓ ਕਰ ਦਿਓ ਕਮੈਂਟ ਹੀ ਅਤੇ ਰਾਮ ਸਿੱਧੂ ਬੋਲੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।